ਤੱਕ ਲੈ ਚਲੋ ਉੱਥੇ ਠਾਣੇ ਰਾਮਬਾਗ ਪੈਣਾ, ਰਾਮਬਾਗ ਪੈਣਾ ਜੀ ਇਹਨੂੰ ਜੋੜੇ ਫੜ ਕੇ ਜਾਣਾ ਜੀ ਨਹੀਂ ਜੋੜੇ ਮਾਮਲਾ ਇਹ ਕਿ ਉਹ ਮੇਰਾ ਹਸਬੈਂਡ ਹੈ ਅਤੇ ਉਹ ਮੈਨੂੰ ਵੀਡੀਓ ਕਾਲ ਕਰ ਰਿਹਾ ਸੀ ਅਤੇ ਵੀਡੀਓ ਕਾਲ ਕਰਕੇ ਅਤੇ ਮੈਨੂੰ ਕਹਿ ਰਿਹਾ ਸੀ ਫੜ ਲਾ ਜੋ ਮੇਰਾ ਫੜਨਾ। ਉਸ ਤੋਂ ਬਾਅਦ ਮੈਂ ਗਈ ਉਹਨੂੰ ਦੇਖਿਆ ਕਿਸੇ ਜਨਾਨੀ ਨਾਲ, ਮਤਲਬ ਹੋਟਲ ਦੇ ਵਿੱਚ ਸ਼ਰੇਆਮ ਮਤਲਬ ਸਭ ਕੁਝ ਚੱਲ ਰਿਹਾ ਸੀ ਅਤੇ ਪਕੜ ਕੇ ਮੈਂ ਫਿਰ ਉਹਨੂੰ ਦੋ ਚਾਰ ਲਾਈਆਂ ਵੀ, ਸਭ ਕੁਛ ਹੋਇਆ ਅਤੇ ਮੈਂ ਮਤਲਬ ਥਾਣਾ ਮੋਹਕਮਪੁਰੇ ਕੰਪਲੇਂਟ ਵੀ ਪਾਈ ਅਤੇ ਉਸ ਤੋਂ ਅੱਗੇ ਮਤਲਬ ਬੱਸ ਅੱਡੇ ਜਿਹੜੀ ਜਾਣੀ ਸੀ ਅਸੀਂ ਉੱਥੇ ਕੰਪਲੇਂਟ ਪਾਈ, ਪਰ ਮੇਰੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ, ਸੁਣਵਾਈ ਨਹੀਂ ਹੋਈ। 751 ਦਾ ਮੈਨੂੰ ਕਿਹਾ ਗਿਆ ਪਰ 751 ਉਸ 'ਤੇ ਨਹੀਂ ਹੋਈ। ਪਰ 751 ਜੋ ਉਹਨੇ ਗਲਤੀ ਕੀਤੀ ਆ ਇਸਦੀ ਸਜ਼ਾ ਤਾਂ ਇਸ ਤੋਂ ਵੀ ਭਾਰੀ ਮਿਲਣੀ ਚਾਹੀਦੀ ਆ, ਪਰ ਫਿਰ ਵੀ ਉਹ 751 ਕਹਿ ਕੇ ਵੀ, ਉਹ 751 ਵੀ ਇੱਕ ਛੋਟਾ ਜਿਹਾ ਕੇਸ ਪਾ ਕੇ ਵੀ ਉਸ 'ਤੇ ਨਹੀਂ ਕੀਤੀ ਗਈ। ਤੁਸੀਂ ਕਦੋਂ ਪੁਲਿਸ ਦੇ ਹਵਾਲੇ ਕੀਤਾ ਸੀ? ਮੈਂ ਉਸ ਦਿਨ ਰਾਤ ਨੂੰ ਹੀ 19 ਤਰੀਕ ਦੀ ਰਾਤ ਨੂੰ ਹੀ ਉਹਨਾਂ ਨੂੰ ਮਤਲਬ 8:30-9 ਵਜੇ ਫੜਾਇਆ। ਫਿਰ ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਚੌਂਕੀ 12:00-1:00 ਬੱਸ ਅੱਡੇ ਪੁਲਿਸ ਚੌਂਕੀ ਲੈ ਕੇ ਗਈ ਮੈਂ। ਉਸੇ ਟਾਈਮ ਹੀ ਲੇਡੀਜ਼ ਨੂੰ ਛੱਡ ਦਿੱਤਾ ਗਿਆ, ਬਾਕੀ ਮਤਲਬ ਸਵੇਰੇ ਉਸ ਆਦਮੀ ਨੂੰ ਛੱਡਿਆ ਗਿਆ, ਮੇਰੇ ਹਸਬੈਂਡ ਨੂੰ। ਕੀ ਕਾਰਨ ਕੀ ਹੈ ਕਿ ਉਹ ਹੁਣ ਕਿਸੇ ਹੋਰ ਔਰਤ ਦੇ ਨਾਲ ਘੁੰਮ ਰਹੇ ਆ, ਤੁਹਾਨੂੰ ਨਹੀਂ ਅਪਣਾ ਰਹੇ, ਕੀ ਕਾਰਨ? ਕਾਰਨ ਇਹ ਕਿ ਜੀਜਾ ਜਿਹੜਾ ਉਸਦਾ, ਉਸਦੀ ਗਲਤ ਅੱਖ ਮੇਰੇ 'ਤੇ ਆ, ਉਹ ਲੜਾਈਆਂ ਲਵਾਉਂਦਾ ਵੀ ਬਸ ਇਹਨਾਂ ਦੋਵਾਂ ਦੇ ਵਿੱਚ ਲੜਾਈਆਂ ਪਈਆਂ ਰਹਿਣ ਅਤੇ ਇਸ ਘਰ 'ਚੋਂ ਬਾਹਰ ਨਿਕਲ ਜਾਵੇ, ਉਸਦੀ ਜਗ੍ਹਾ 'ਤੇ ਮੈਂ ਹੀ ਆ ਸਕਾਂ। ਇਹ ਹੁਣ ਗਲਤ ਨਾਮ ਸ਼ਨਾਮ ਹਰਕਤਾਂ ਉਹਦੇ ਕੋਲ ਕਰਾਉਂਦਾ ਪਿਆ, ਜਿਸ ਤਰ੍ਹਾਂ ਜਨਾਨੀ ਦੇ ਦਿਲ ਨੂੰ ਠੇਸ ਪਹੁੰਚੇ, ਇਹੀ ਹਰਕਤ ਰਹਿ ਗਈ ਸੀ ਜਿਹੜੀ ਬਾਕੀ, ਜਿਹੜੀ ਕਿ ਮੇਰੇ ਮਨ ਨੂੰ ਠੇਸ ਪਹੁੰਚੇ ਅਤੇ ਮੈਂ ਉਹਨੂੰ ਛੱਡ ਦੇਵਾਂ ਅਤੇ ਉਹਦੀ ਜਗ੍ਹਾ 'ਤੇ ਇਹ ਆਪ ਇਸਦਾ ਜੀਜਾ ਜੋ ਹੈਪੀ ਵੇਰ ਕੇ ਰਹਿੰਦਾ ਵਾ, ਇਸਦਾ ਮੇਰੇ ਹਸਬੈਂਡ ਦਾ ਜੀਜਾ, ਉਹ ਸਭ ਕੁਛ ਕਰਵਾ ਰਿਹਾ। ਮੰਗ ਇਹ ਆ ਵੀ ਜੋ ਬਲਵਿੰਦਰ ਸਿੰਘ ਬੰਟੀ ਆ ਉਸਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮੇਰੇ ਹਿਸਾਬ ਨਾਲ ਤਾਂ ਪਰਚਾ ਪੈਣਾ ਚਾਹੀਦਾ ਵਾ ਵੀ ਇਸ ਤਰ੍ਹਾਂ ਮੈਨੂੰ ਗਲਤ ਉਹਨੇ ਮੇਰੇ ਨਾਲ ਇਹ ਕੀਤਾ ਵਾ, ਮੇਰੇ ਦਿਲ ਔਰ ਦਿਮਾਗ ਨੂੰ ਠੇਸ ਪਹੁੰਚਾਈ ਆ, ਔਰ ਜੀਜੇ ਦੀ ਵੀ ਜੋ ਜੀਜਾ ਕਰ ਰਿਹਾ ਵਾ, ਭੈਣ ਕਰ ਰਹੀ ਆ, ਇਹਨਾਂ 'ਤੇ ਵੀ ਕਾਰਵਾਈ ਕੀਤੀ ਜਾਵੇ। ਪੁਲਿਸ ਕੀ ਕਹਿੰਦੀ? ਪੁਲਿਸ ਪਹਿਲਾਂ ਕਹਿੰਦੀ 751 ਮਤਲਬ ਪਾਈ ਆ, ਅਤੇ ਜਦੋਂ ਮੈਂ ਕ੍ਰਾਈਮ ਡਾਇਰੀ ਵਿੱਚ ਦੇਖਿਆ ਕੋਈ 751 ਨਹੀਂ ਪਈ, ਕੁਛ ਵੀ ਨਹੀਂ ਪਿਆ, ਅਤੇ ਜੇ ਮੈਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ, ਕੋਈ ਮੈਨੂੰ ਪੜ੍ਹਾਇਆ ਨਹੀਂ ਗਿਆ, ਦੂਰੋਂ ਦਿਖਾ ਦਿੱਤਾ ਗਿਆ 751, ਮੈਨੂੰ ਕੁਛ ਨਹੀਂ ਪਤਾ ਲੱਗ ਰਿਹਾ ਵੀ ਹੋ ਕੀ ਰਿਹਾ ਵਾ। ਉਹ ਸ਼ਰੇਆਮ ਤੁਰਿਆ ਫਿਰਦਾ ਬਾਜ਼ਾਰਾਂ ਵਿੱਚ ਜਿਸਨੇ ਗਲਤ ਹਰਕਤ ਕੀਤੀ ਹੈ। ਅਧਿਕਾਰੀਆਂ ਨੂੰ ਮਿਲਿਆ ਜਾਵੇਗਾ? ਹਾਂਜੀ।